ਆਪਣੀ ਸ਼ਾਨੋ ਸ਼ੌਕਤ ਵੱਡੀਆਂ ਗੱਡੀਆਂ ਤੇ ਫਿਲਮਾਂ ਦੇ ਵਿੱਚ ਨਾਚ ਗਾਣੇ ਦੇ ਲਈ ਮੰਨੇ ਜਾਂਦੇ ਗੁਰਮੀਤ ਰਾਮ ਰਹੀਮ ਦੇ ਲਈ ਅੱਜ ਦਾ ਦਿਨ ਫਿਰ ਇੱਕ ਵਾਰ ਝਟਕਾ ਦੇਣ ਵਾਲਾ ਸਾਫਤ ਹੋਇਆ ਸੁਨਾਰੀਆ ਜੇਲ੍ਹ ਦੇ ਵਿੱਚ ਅੱਜਕੱਲ ਦਿਨ ਕੱਟ ਰਹੇ ਡੇਰਾ ਸਰਸਾ ਮੁਖੀ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਕੇਸ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸਿਰਫ ਡੇਰਾ ਸਰਸਾ ਮੁਖੀ ਨਹੀਂ ਤਿੰਨ ਹੋਰ ਲੋਕਾਂ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਪਰ ਸਜ਼ਾ ਦਾ ਐਲਾਨ 17 ਜਨਵਰੀ ਨੂੰ ਹੋਣ ਵਾਲਾ ਹੈ ਹੁਣ ਪੱਤਰਕਾਰ ਛਤਰਪਤੀ ਕੌਣ ਸੀ ਪੱਤਰਕਾਰ ਛਤਰਪਤੀ ਉਹੀ ਬੰਦਾ ਸੀ ਜਿਹਨੇ ਲੰਬੇ ਸਮੇਂ ਤੱਕ ਇਹ ਗੱਲਾਂ ਨੂੰ ਛਾਪਿਆ ਕਿ ਡੇਰਾ ਸਰਸੇ ਦੇ ਵਿੱਚ ਭਾਈ ਇਹੋ ਜਿਹੀਆਂ ਹਰਕਤਾਂ ਹੁੰਦੀਆਂ ਸੋ ਸਾਰੀਆਂ ਗੱਲਾਂ ਨੂੰ ਡੇਰਾ ਸਰਸੇ ਦੇ ਵਿੱਚ ਜੋ ਮਾੜੀਆਂ ਗੱਲਾਂ ਹੁੰਦੀਆਂ ਸੀ ਲਗਾਤਾਰ ਇਹ ਪੱਤਰਕਾਰ ਬੇਨਕਾਬ ਕਰ ਰਿਹਾ ਸੀ ਤੇ ਡੇਰਾ ਸਰਸਾ ਉਦੋਂ ਚੜਤ ਦੇ ਵਿੱਚ ਸੀ ਸ਼ਾਇਦ ਕਿਹਾ ਜਾਂਦਾ ਕਿ ਜਦੋਂ ਬੰਦੇ ਦੇ ਚੰਗੇ ਦਿਨ ਚੱਲਦੇ ਹੁੰਦੇ ਆ ਉਹ ਰੱਬ ਨੂੰ ਵੀ ਟੱਬ ਦੱਸਦਾ ਸੋ ਇਹੋ ਜਿਹੀਆਂ ਸਾਰੀਆਂ ਗੱਲਾਂ ਦੇ ਵਿੱਚ ਡੇਰਾ ਸਰਸਾ ਮੁਖੀ ਦੇ ਵੱਲੋਂ ਇਹ ਹੁਣ ਅਸੀਂ ਕਹਿ ਸਕਦੇ ਹਾਂ ਕਿਉਂਕਿ ਅਦਾਲਤ ਇਹ ਗੱਲ ਨੂੰ ਮੰਨ ਰਹੀ ਹੈ ਡੇਰੇ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਪੱਤਰਕਾਰ ਛਤਰਪਤੀ ਦਾ 2002 ਦੇ ਵਿੱਚ ਉਸ ਤੇ ਗੋਲੀਆਂ ਚਲਾਈਆਂ ਗਈਆਂ ਤੇ ਅਪੋਲੋ ਹਸਪਤਾਲ ਦੇ ਵਿੱਚ ਮੌਤ ਹੁੰਦੀ ਹੈ 16 ਸਾਲ ਲਗਾਤਾਰ ਪਰਿਵਾਰ ਨੇ ਸੰਘਰਸ਼ ਕੀਤਾ ਗਵਾਹੀਆਂ ਹੋਈਆਂ ਪਰਿਵਾਰ ਨੇ ਲਗਾਤਾਰ ਖੱਜਲ ਖਵਾਰੀ ਝੱਲੀ ਪਰ ਇਨਸਾਫ ਦੇ ਲਈ ਆਪਣੀ ਜੰਗ ਨਹੀਂ ਛੱਡੀ ਸੰਘਰਸ਼ ਨਹੀਂ ਛੱਡਿਆ ਤੇ ਆਖਿਰਕਾਰ ਡੇਰਾ ਸਰਸਾ ਮੁਖੀ ਜਿਹਦੇ ਕਹਿਣ ਦੇ ਉੱਤੇ ਕਦੇ ਸਰਕਾਰਾਂ ਰੁਕ ਜਾਂਦੀਆਂ ਸੀ ਮੰਤਰੀ ਆ ਕੇ ਜਿਹਨੂੰ ਮੱਥੇ ਟੇਕਦੇ ਹੁੰਦੇ ਸੀ ਅੱਜ ਫੇਰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਦੱਸ ਦਿੱਤਾ ਕਿ ਇਨਸਾਫ ਇਸ ਦੇਸ਼ ਦੇ ਵਿੱਚ ਸਭ ਤੋਂ ਉੱਪਰ ਹੈ ਕਾਨੂੰਨ ਇਸ ਦੇਸ਼ ਦੇ ਵਿੱਚ ਸਭ ਤੋਂ ਉੱਪਰ ਹੈ ਜੇਕਰ ਕੋਈ ਮਾੜਾ ਕਰਮ ਕਰੂਗਾ ਤਾਂ ਉਹਨੂੰ ਨਿਸ਼ਚਿਤ ਤੌਰ ਦੇ ਉੱਤੇ ਸਜ਼ਾ ਮਿਲੇਗੀ ਜਿਕਰ ਜੋ ਹੋ ਗਿਆ ਇਹ ਗੱਲ ਦੱਸਣ ਵਾਲੀ ਬੰਦੀ ਹੈ ਕਿ ਇਸ ਪੱਤਰਕਾਰ ਨੇ ਨਾ ਸਿਰਫ ਲੰਬੇ ਸਮੇਂ ਤੱਕ ਡੇਰਾ ਸਰਸਾ ਦੀਆਂ ਸਾਰੀਆਂ ਗੱਲਾਂ ਨੂੰ ਛਾਪਿਆ ਸਗੋਂ ਉਹ ਸਾਧਵੀਆਂ ਦੇ ਖੱਤਰ ਨੂੰ ਵੀ ਛਾਪਿਆ ਜਿੰਨਾ ਸਾਧਵੀਆਂ ਦੇ ਕੇਸ ਦੇ ਵਿੱਚ ਡੇਰਾ ਸਰਸਾ ਉਹ ਵੀ ਅੱਜਕੱਲ ਸੁਨਾਰੀਆ ਜੇਲ੍ਹ ਦੇ ਵਿੱਚ ਹੈ ਸੋ ਇਹ ਪਹਿਲਾ ਹੀ ਇੱਕ ਕੇਸ ਇਹਨਾਂ ਦੇ ਵਿੱਚ ਸਜ਼ਾ ਸੁਣਾਈ ਗਈ ਹੈ ਤੇ ਹੁਣ ਇੱਕ ਹੋਰ ਕੇਸ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਡੇਰਾ ਸਰਸਾ ਮੁਕੀ ਦੀਆਂ ਜੜੀਆਂ ਮੁਸੀਬਤਾਂ ਉਹ ਘਟਣ ਦੇ ਕੋਈ आसार ਨਹੀਂ ਸਗੋਂ ਇਹ ਮੁਸੀਬਤਾਂ ਵਧਦੀਆਂ ਹੀ ਜਾਣੀਆਂ ਕੈਮਰਾਮੈਨ ਪ੍ਰਦੀਪ ਸ਼ਰਮਾ ਦੇ ਨਾਲ ਨਵਰੀ ਸਿਵੀਆ ਪੰਚਕੂਲਾ ਟੀਵੀ ਪੰਜਾਬ